सुभायमान सत्संगी जनों, आज जिस पौड़ी की असी व्याख्या करनी है उस दे विच मूल रूप दे विच गुरु साहब जी ने दो तीन नुक्तियां ते गल कीती है, क्योंकि गुरु साहब की बाणी मनुख नूं जुगतियां दसदी है। गुरु जुगती दिंदा है, जुगती नूं अपनी जिंदगी विच अपलाई करना, अपनी तर्ज़े जिंदगी दे विच ढाल लैना, इह सिख दी कलना है। इस नूं भी सहज सुभाए मन्निया जा सकदा है, गुरु दी दित्ती हुई जुगती नूं सीधे रूप दे विच सिख अपनी जिंदगी विच नहीं ढालदा। उस दे लई क्यों नहीं ढालदा? क्योंकि उस दी सुरत इन्नी सूखम नहीं हुंदी, फिर उस दे लई उहनूं जतन करने पैंदे ने। फिर जिन्ने भी उह जतन करेगा, ਉਹ ਯਤਨ ਉਸ ਦੇ ਅੰਦਰ ਨਿਮਰਤਾ ਲੈ ਕੇ ਆਉਂਦੇ ਨੇ, ਫਿਰ ਉਹ ਨਿਮਰਤਾ ਉਸ ਨੂੰ ਇੰਨਾ ਯੋਗ ਬਣਾ ਦਿੰਦੀ ਹੈ, ਇੰਨਾ ਕੈਪੇਬਲ ਬਣਾ ਦਿੰਦੀ ਹੈ, ਤਾਂ ਜੋ ਗੁਰੂ ਦੀ ਕਹੀ ਹੋਈ ਗੱਲ ਸਿੱਖ ਦੀ ਸੁਰਤ ਵਿੱਚ ਆ ਜਾਏ, ਉਹਦੀ ਸਮਝ ਵਿੱਚ ਆ ਜਾਏ। ਫਿਰ ਉਸ ਗੱਲ ਨੂੰ ਸਮਝਣ ਦੇ ਲਈ ਯਤਨ ਕਿਹੜੇ ਕੀਤੇ ਜਾਂਦੇ ਨੇ? ਕੋਈ ਸੇਵਾ ਕਰਦਾ ਹੈ, ਕੋਈ ਦਾਨ ਕਰਦਾ ਹੈ, ਕੋਈ ਵਾਰ ਵਾਰ ਮੰਤਰ ਜਾਪ ਕਰਦਾ ਹੈ, ਕੋਈ ਪੁਨਃ ਚਰਨ ਕਰਦਾ ਹੈ, ਵਾਰ ਵਾਰ ਬੇਨਤੀਆਂ ਕਰਦਾ ਹੈ, ਇਹ ਵਾਰ ਵਾਰ ਪ੍ਰਾਇਸ਼ਚਿਤ ਕਰਦਾ ਹੈ ਆਪਣੇ ਪਾਪਾਂ ਦਾ। ਇਹ ਸਾਰੇ ਦੇ ਸਾਰੇ ਤਰੀਕੇ ਨੇ, ਔਰ ਇਹ ਤਰੀਕੇ ਕਿਸ ਚੀਜ਼ ਦੇ ਨੇ? ਇਹ ਜਿਹੜੇ ਤਰੀਕੇ ਹਨ, ਇਹਨਾਂ ਤਰੀਕਿਆਂ ਦੇ ਨਾਲ ਮਨੁੱਖ ਸਤਿਗੁਰੂ ਦੀ ਬਾਣੀ ਨਾਲ ਜੁੜ ਸਕਦਾ ਹੈ। ਮੈਂ ਤਾਂ ਹੀ ਕਰਕੇ ਕਈ ਵਾਰੀ ਬੇਨਤੀ ਕਰਦਾ ਹੁੰਦਾ, ਬਾਣੀ ਨੂੰ ਸਿੱਧੇ ਰੂਪ ਦੇ ਵਿੱਚ ਨਹੀਂ ਸਮਝਿਆ ਜਾਂਦਾ, ਕਿਉਂਕਿ ਬਾਣੀ ਦਾ ਸਮਝ ਆਉਣਾ ਇਹ ਆਪਣੇ ਆਪ ਵਿੱਚ ਸੁਰਤ ਉੱਚੀ ਹੋਣ ਦੀ ਨਿਸ਼ਾਨੀ ਹੈ। ਅੱਜ ਦੇ ਜਿਹੜੇ ਨੁਕਤਿਆਂ 'ਤੇ ਅਸੀਂ ਗੱਲ ਕਰਾਂਗੇ, ਪਹਿਲਾਂ ਮੈਂ ਉਸ ਦੀ ਜੋ ਸਾਰੀ ਫਿਲੋਸਫੀ ਹੈ, ਸਾਈਕੋਲੋਜੀ ਹੈ, ਉਹ ਆਪ ਜੀ ਦੇ ਸਾਹਮਣੇ ਰੱਖਾਂ, ਫਿਰ ਅਸੀਂ ਅਖਰੀ ਅਰਥ ਕਰਾਂਗੇ। ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਨੇ ਦੁਨੀਆਂ 'ਤੇ ਜੀਵ ਪੈਦਾ ਕੀਤੇ ਨੇ, ਜਿੰਨੇ ਵੀ ਜੀਵ ਬਣਾਏ ਨੇ ਉਹ ਐਵੇਂ ਨਹੀਂ ਸਾਰੇ ਖੁੱਲ੍ਹੇ ਹੀ ਫਿਰਦੇ ਨੇ, ਆਪਣੀ ਮਰਜ਼ੀ ਨਾਲ ਹੀ ਤੁਰੇ ਫਿਰਦੇ ਨੇ, ਨਹੀਂ। ਉਹਨਾਂ ਜੀਵਾਂ ਨੂੰ ਸਿੱਧੇ ਤੌਰ 'ਤੇ ਰੱਖਣ ਲਈ ਇੱਕ ਧਰਮ ਵੀ ਬਣਾਇਆ ਹੈ, ਇੱਕ ਹੁਕਮ ਵੀ ਬਣਾਇਆ ਹੈ। ਫਿਰ ਉਹ ਜਿਹੜਾ ਹੁਕਮ ਹੈ ਉਸ ਦੇ ਅੰਦਰ ਅਧੀਨ ਜੀਵਾਂ ਨੂੰ ਤੁਰਨਾ ਪੈਂਦਾ ਹੈ, ਉਹ ਹੁਕਮ ਦੇ ਅਧੀਨ। ਫਿਰ ਉਸ ਹੁਕਮ ਦੇ ਅਧੀਨ ਜੋ ਸਾਰੀ ਦੁਨੀਆਂ 'ਚ ਵਿਆਪਕ ਹੈ, ਹਰੇਕ ਮਨੁੱਖ ਦੇ ਅੰਦਰ ਹੈ। ਅੰਦਰ ਦਾ ਮਤਲਬ ਇਹ ਸਮਝ ਲੈਣਾ, ਕਿਉਂਕਿ ਸ਼ਾਇਦ ਉਦੋਂ ਅੱਜ ਤੋਂ 150-200 ਸਾਲ ਪਹਿਲਾਂ ਜਦੋਂ ਅੰਦਰ ਸ਼ਬਦ ਵਰਤਿਆ ਜਾਂਦਾ ਹੋਵੇਗਾ, ਅੰਤਰ ਸ਼ਬਦ ਵਰਤਿਆ ਜਾਂਦਾ ਹੋਵੇਗਾ, ਬੜਾ ਸੌਖਾ ਸਮਝ ਆ ਜਾਂਦਾ ਹੋਣਾ। ਅੱਜ ਨਹੀਂ ਹੈ, ਅੱਜ ਅੰਦਰ ਦਾ ਮਤਲਬ ਸਰੀਰ ਸਮਝ ਲਿਆ ਜਾਂਦਾ ਹੈ, ਮੇਰੇ ਅੰਦਰ ਨਹੀਂ। ਮੇਰੇ ਅੰਦਰ ਦਾ ਮਤਲਬ ਬੋਡੀ ਦੇ ਅੰਦਰ ਨਹੀਂ ਹੈ, ਫਿਜ਼ੀਕਲੀ ਗੱਲ ਨਹੀਂ ਹੈ ਇਹ। ਸਰੀਰ ਦੇ ਅੰਦਰ ਕੋਈ ਜੀਵਾਤਮਾ ਨਹੀਂ ਹੈ,
ਸਰੀਰ ਨੂੰ ਡਰਾਈਵ ਕਰਦੀ ਹੈ ਉਹ ਵੱਖਰੀ ਗੱਲ ਹੈ। ਇਹ ਜੋ ਬੋਲ ਰਹੀ ਹੈ ਨਾ ਮੇਰੇ ਅੰਦਰ, ਇੱਥੇ ਇਹਦੇ ਕੋਲ ਹੀ ਹੈ ਪਰਮਾਤਮਾ। ਵੀ ਸ਼ਾਇਦ ਅੰਦਰ ਸ਼ਬਦ ਸਮਝਾਉਣਾ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਮੁਸ਼ਕਲ ਹੈ, ਕਿਉਂਕਿ ਮੈਂ ਅੰਦਰ ਕਹਿ ਕੇ ਅੱਗੇ ਚਲਾ ਜਾਵਾਂ, ਆਪ ਜੀ ਅੰਤਰ ਸੁਣ ਕੇ ਚਲੇ ਜਾਵੋ, ਗੱਲ ਦਾ ਪਤਾ ਨਹੀਂ ਲੱਗੇਗਾ। ਔਰ ਜਦੋਂ ਤੱਕ ਜਿਸ ਚੀਜ਼ ਦਾ ਪਤਾ ਹੀ ਨਾ ਲੱਗੇ ਫਿਰ ਤੁਰਿਆ ਕਿਵੇਂ ਜਾਏਗਾ। ਇਸ ਕਰਕੇ ਇਹਨੂੰ ਅੰਤਰ ਅੰਤਰੀਵੀ ਭਾਵ ਨੂੰ ਸਮਝਣ ਦੇ ਲਈ ਮਨੁੱਖ ਖੁਦ ਹੀ ਸੁਰਤ ਵਾਲਾ ਹੋਏ। ਹੁਣ ਆਪ ਜੀ ਦੀ ਗਿਆਤ ਲਈ ਇਹ ਸਤਿਗੁਰੂ ਜੀ ਕਹਿ ਰਹੇ ਨੇ ਵੀ ਐਵੇਂ ਨਾ ਸੋਚਣਾ, ਇਹ ਦੁਨੀਆ ਦੇ ਕਿਤੇ ਐਵੇਂ ਜੋ ਮਰਜ਼ੀ ਕਰੋ, ਭਾਵੇਂ ਕੋਈ ਪਾਪ ਕਰੇ, ਦੁਸ਼ਟ ਕਰਮ ਕਰੇ, ਹੌਲੀ ਹੌਲੀ ਸੁਭਾਅ ਬਣ ਜਾਏ, ਨਿੰਦਾ ਕਰੇ, ਚੁਗਲੀ ਕਰੇ, ਈਰਖਾ ਕਰੇ, ਦੁਵੈਸ਼ ਕਰੇ, ਜਿਤਨੇ ਵੀ ਇਹ ਪਾਪ ਕਰਮ ਨੇ, ਮਤਲਬ ਉਹ ਵਾਲੇ ਕਰਮ ਜੋ ਮਨੁੱਖ ਨੂੰ ਵਾਹਿਗੁਰੂ ਦੇ ਨਾਲੋਂ ਤੋੜਦੇ ਨੇ, ਕਰਮ ਭਾਵੇਂ ਸਹੀ ਹੋਣ ਭਾਵੇਂ ਮਾੜੇ ਹੋਣ, ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਕਰਮ ਕਰਮ ਹੀ ਹੁੰਦਾ ਹੈ, ਭਾਵੇਂ ਉਹ ਠੀਕ ਹੋਏ ਭਾਵੇਂ ਮਾੜਾ ਹੋਏ। ਕਰਮ ਹਮੇਸ਼ਾ ਮਨੁੱਖ ਨੂੰ ਪਰਮਾਤਮਾ ਤੋਂ ਤੋੜ ਕੇ ਰੱਖਦਾ ਹੈ। ਤਾਂ ਹੀ ਬਾਣੀ ਨੇ ਕਿਹਾ ਕਰਮ ਕਰਦਿਆਂ ਭਾਵੇਂ ਤੂੰ ਸੇਵਾ ਹੀ ਕਰਦਾ ਹੋਏ ਅਕਰਮ ਹੋ ਜਾਣਾ ਹੈ। ਕਰਮ ਕਰਤ ਹੋਵੇ ਨਿਹ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ। ਕਰਮ ਕਰਦੇ ਹਾਂ ਨਿਹ ਕਰਮ ਰਹਿਣਾ, ਮਤਲਬ ਗੁਰਦੁਆਰੇ ਭੇਟਾ ਦਿੱਤੀ ਹੈ, ਇਸ ਕਰਮ ਨੂੰ ਕੀਤਾ, ਇੰਨੇ ਕਰਮ ਹੋ ਗਏ, ਮੈਂ ਨਹੀਂ ਦਿੱਤੀ, ਮੇਰੇ ਤੋਂ ਦਵਾ ਲਈ ਹੈ ਪਰਮਾਤਮਾ ਨੂੰ, ਇਹਨੂੰ ਕਹਿੰਦੇ ਨੇ ਕਰਮ। ਜੀਵ ਬਣੇ ਨੇ ਦੁਨੀਆ 'ਤੇ, ਜੀਵ ਬਣੇ ਨੇ, ਫਿਰ ਪਰਮਾਤਮਾ ਨੇ ਇਹ ਤ੍ਰੈ ਗੁਣ ਮਾਇਆ ਵੀ ਬਣਾਈ ਹੈ, ਫਿਰ ਇਹਦਿਆਂ ਰਸਾਂ ਦੇ ਵਿੱਚ ਮਨੁੱਖ ਆਪਣੇ ਆਪ ਹੀ ਡਿੱਗ ਜਾਂਦਾ। ਕੁਛ ਰਸ ਜੀਵ ਦੇ ਨੇ, ਕੁਛ ਅੱਖਾਂ ਦੇ ਨੇ, ਕੁਛ ਚਮੜੀ ਦਾ ਰਸ ਹੈ, ਇਹ ਸਾਰੇ ਰਸ ਡਿੱਗ ਲੈਂਦੇ ਨੇ। ਕਿਹਨੂੰ ਡਿੱਗ ਲੈਂਦੇ ਨੇ? ਮਨੁੱਖ ਨੂੰ ਸੱਤ ਤੋਂ ਡਿੱਗ ਲੈਂਦੇ ਨੇ, ਸੰਤੋਖ ਤੋਂ ਡਿੱਗ ਲੈਂਦੇ ਨੇ, ਧਰਮ ਤੋਂ ਡਿੱਗ ਲੈਂਦੇ ਨੇ, ਇਸ ਨੂੰ ਪਰਮਾ ਆਨੰਦ ਤੋਂ ਦੂਰ ਕਰ ਲੈਂਦੇ ਨੇ। ਫਿਰ ਜੋ ਮਨੁੱਖ ਇਹਨਾਂ ਕਰਮਾਂ ਨੂੰ ਛੱਡ ਕੇ ਮਾੜੇ ਕਰਮਾਂ ਦੇ ਵਿੱਚ ਪ੍ਰਵਿਰਤ ਹੁੰਦਾ ਹੈ, ਬਾਣੀ ਫਿਰ ਕਹਿੰਦੀ ਹੈ ਉਸ ਮਨੁੱਖ ਨੂੰ ਆਪਣਾ ਕੀਤਾ ਪਾਉਣਾ ਪਏਗਾ। ਜਨਮ ਮਿਲਿਆ ਇਹ ਵੀ ਕਿਸੇ ਕਰੁਣਾ ਦੀ ਵਜ੍ਹਾ ਨਾਲ, ਬਾਣੀ 'ਤੇ ਇਹ ਕਹਿੰਦੀ ਹੈ, ਕਿਉਂਕਿ ਜਨਮ ਮਿਲਿਆ ਐਵੇਂ ਮਿਲ ਗਿਆ ਨਹੀਂ, ਕਿਸੇ ਕਰੁਣਾ ਦੀ ਵਜ੍ਹਾ ਨਾਲ ਮਿਲਿਆ। ਫਿਰ ਜਨਮ ਤੋਂ ਬਾਅਦ ਇਹ ਸਰੀਰ ਦਾ ਅੰਤ ਵੀ ਹੋਣਾ ਹੈ, ਇਹ ਗੱਲ ਯਾਦ ਰੱਖਣਾ, ਅੰਤ ਸਰੀਰ ਦਾ ਹੈ। ਜੋ ਅੰਦਰ ਚੱਲ ਰਿਹਾ ਉਹਦਾ ਕੋਈ ਅੰਤ ਨਹੀਂ ਹੈ, ਉਹ ਬੇਅੰਤ ਤੋਂ ਪੈਦਾ ਹੋਈ ਹੈ ਜੀਵ ਆਤਮਾ, ਉਹਨੇ ਬੇਅੰਤ ਵਿੱਚ ਹੀ ਜਦੋਂ ਤਾਈ ਲੀਨ ਨਹੀਂ ਹੋਣਾ ਚੇਤਨਾ ਨਹੀਂ, ਉਦੋਂ ਤਾਈ ਉਹਦਾ ਕੋਈ ਅੰਤ ਨਹੀਂ, ਚਲਦੀ ਰਹੇਗੀ, ਵਾਰ ਵਾਰ ਜਨਮ ਵਿੱਚ ਆਏਗੀ, ਭਾਵਾਂ ਦੇ ਰੂਪ ਵਿੱਚ ਸੰਸਕਾਰ ਅੰਦਰ ਪੈਦਾ ਹੁੰਦੇ ਰਹਿਣਗੇ, ਅੰਦਰ ਸੰਸਕਾਰ ਬਣਦੇ ਜਾਣਗੇ, ਉਹ ਸੰਸਕਾਰ ਵਾਰ ਵਾਰ ਜਨਮ ਕਰਾਉਂਦੇ ਰਹਿਣਗੇ, ਵਾਰ ਵਾਰ ਜਨਮ ਮਰਨ, ਜਨਮ ਮਰਨ ਵਾਰ ਵਾਰ, ਕਾਹਦੇ ਕਰਕੇ ਹੁੰਦਾ? ਸੰਸਕਾਰਾਂ ਕਰਕੇ। ਫਿਰ ਸੰਸਕਾਰ ਕਿਵੇਂ ਬਣਦੇ ਨੇ? ਅੱਖਾਂ ਨਾਲ ਵੇਖਦੇ ਹਾਂ ਸੰਸਕਾਰ ਬਣਦੇ,
ਕੰਨਾਂ ਨਾਲ ਸੁਣਦੇ ਹਾਂ ਸੰਸਕਾਰ ਬਣਦੇ ਨੇ, ਜ਼ੁਬਾਨ ਨਾਲ ਬੋਲਦੇ ਹਾਂ ਸੰਸਕਾਰ ਬਣਦੇ ਨੇ, ਇਹ ਸਾਰੇ ਤਰੀਕਿਆਂ ਨਾਲ ਸੰਸਕਾਰ ਬਣਦੇ ਨੇ। ਫਿਰ ਜੈਸੇ ਜੈਸੇ ਸੰਸਕਾਰ ਬਣਦੇ ਜਾਣਗੇ, ਬਾਣੀ ਦਾ ਹੁਣ ਇਹੀ ਫਰਮਾਨ ਕਹਿੰਦਾ, ਫਿਰ ਸੱਚੇ ਦੀ ਕਚਹਿਰੀ ਵਿੱਚ ਉਹੋ ਜਿਹੀ ਸਜ਼ਾ ਉਹਨੂੰ ਮਿਲ ਜਾਏਗੀ। ਕਿਹਨੂੰ ਸਜ਼ਾ ਮਿਲੇਗੀ? ਸਰੀਰ ਨੂੰ ਨਹੀਂ, ਇਹ ਤਾਂ ਸਬੁਰਦੇ ਖਾਕ ਹੋ ਜਾਣਾ, ਅਗਨੀ ਦੇ ਸਪੁਰਦ ਹੋ ਜਾਣਾ, ਇਹਨੂੰ ਕੋਈ ਸਜ਼ਾ ਨਹੀਂ ਮਿਲਣੀ। ਸਰੀਰ ਨੂੰ ਕੋਈ ਸਜ਼ਾ ਨਹੀਂ ਹੈ, ਸਜ਼ਾ ਹੈ ਜਿਹੜੀ ਇਹਦੇ ਅੰਦਰ ਚੇਤਨਾ ਹੈ, ਔਰ ਚੇਤਨਾ ਵੀ ਉਹ ਜਿਹੜੀ ਭੁੱਲੀ ਭਟਕੀ ਹੈ। ਕਿਉਂ ਭੁੱਲ ਗਈ ਹੈ? ਰਸਾਂ ਕਰਕੇ। ਬਾਣੀ ਵਿੱਚ ਜ਼ਿਕਰ ਆਇਆ, ਜੇ ਮਨੁੱਖ ਭੁੱਲਿਆ ਕਾਹਦੇ ਕਰਕੇ? ਜੇ ਇਹਦੇ ਅੰਦਰੋਂ ਗਤੀਸ਼ੀਲਤਾ ਖਤਮ ਹੋ ਗਈ ਹੈ ਕਾਹਦੇ ਕਰਕੇ? ਰਸਾਂ ਕਰਕੇ। ਬਾਣੀ ਦੇ ਵਿੱਚ 9 ਰਸਾਂ ਦਾ ਮਹਾਰਾਜ ਨੇ ਜ਼ਿਕਰ ਕੀਤਾ। ਇਹਨਾਂ 9 ਦੇ ਵਿੱਚੋਂ ਜੇ ਕਿਸੇ ਨੂੰ ਇੱਕ ਵੀ ਹੈ, ਫਿਰ ਹਜੇ ਤੁਸੀਂ ਉਹ ਪਰਮਾਤਮਾ ਦੇ ਮਾਰਗ 'ਤੇ ਨਹੀਂ ਤੁਰਿਆ। ਉਹਦੀ ਸੁਰਤ, ਭਾਵੇਂ ਉਹਦੇ ਕਦਮ ਗੁਰਦੁਆਰੇ ਨੂੰ ਤੁਰ ਪਏ ਹੋਣਗੇ, ਉਹਦੀ ਸੁਰਤ ਪਰਮਾਤਮਾ ਵੱਲੋਂ ਨਹੀਂ ਤੁਰੀ। ਇਹ ਨੋਟ ਕਰਨਾ, ਕਦਮ ਗੁਰਦੁਆਰੇ ਵੱਲ ਨੂੰ ਚੱਲ ਪੈਣ, ਕਦਮ ਮੰਦਰ ਵੱਲ ਨੂੰ ਚੱਲ ਪੈਣ, ਇਹ ਗੱਲ ਵੱਖਰੀ ਹੈ। ਕਿਤੇ ਸੁਰਤ ਵੀ ਗੁਰਦੁਆਰੇ ਨੂੰ ਚੱਲ ਪਏ, ਕਿਤੇ ਸੁਰਤ ਵੀ ਕੁਰਾਨ ਦੇ ਪਿੱਛੇ ਪਿੱਛੇ ਚੱਲ ਪਏ, ਇਹ ਗੱਲ ਵੱਖਰੀ ਹੈ। ਡਿਫਰੈਂਸ ਹੈ ਦੋਵਾਂ ਵਿੱਚ ਬੜਾ ਜ਼ਿਆਦਾ, ਜ਼ਮੀਨ ਅਸਮਾਨ ਦਾ। ਫਿਰ ਮੈਂ ਇੱਕ ਹੋਰ ਬੇਨਤੀ ਕਰਾਂ, ਮੰਦਰ ਵੱਲ ਨੂੰ ਕਰੋੜਾਂ ਲੋਕ ਚੱਲਦੇ ਨੇ, ਗੁਰਦੁਆਰੇ ਵੱਲ ਨੂੰ ਕਰੋੜਾਂ ਲੋਕ ਚੱਲਦੇ ਨੇ, ਗਿਰਜਾ ਘਰਾਂ ਵੱਲ ਨੂੰ ਕਰੋੜਾਂ ਲੋਕ ਚੱਲਦੇ ਨੇ, ਮੰਦਰ ਵੱਲ ਨੂੰ ਤਾਂ ਸਾਰੇ ਚੱਲਦੇ ਨੇ, ਭਗਵਾਨ ਵੱਲ ਨੂੰ ਕੋਈ ਕੋਈ ਚੱਲਦਾ, ਰੱਬ ਵੱਲ ਕੋਈ ਕੋਈ ਚੱਲਦਾ। ਕਿਉਂਕਿ ਸਰੀਰ ਗੁਰਦੁਆਰੇ ਆਉਂਦਾ ਹੈ, ਸੁਰਤ ਗੁਰੂ ਦੇ ਸ਼ਬਦ 'ਤੇ ਤੁਰੀ ਹੈ ਕਿ ਨਹੀਂ ਤੁਰੀ, ਇਹ ਗੱਲ ਵੱਖਰੀ ਹੈ। ਚਲੋ ਸਰੀਰ ਆ ਰਿਹਾ, 10 ਸਾਲ ਆਏਗਾ, 20 ਸਾਲ ਆਏਗਾ, ਆਉਣਾ ਨਿਫਲ ਨਹੀਂ ਜਾਏਗਾ, ਕੋਈ ਕਰਮ ਬਣ ਜਾਣਗੇ, ਸ਼ਾਇਦ ਇਹਨਾਂ ਕਰਮਾਂ ਦਾ ਇਹ ਨਤੀਜਾ ਹੋਏਗਾ, ਕਦੇ ਸੁਰਤ ਚੱਲ ਪਏ, ਕਦੇ ਚਲੋ ਅੱਜ ਤਾਂ ਨਹੀਂ ਤੁਰੀ, ਕਦੇ ਚੱਲ ਪਏਗੇ। ਇਸ ਕਰਕੇ ਮਨੁੱਖ ਗੁਰੂ ਦੇ ਕੋਲ ਵੀ ਰਹੀ ਜਾਏ, ਉਹਦੀ ਸੇਵਾ ਵੀ ਕਰੀ ਜਾਏ, ਹੋ ਸਕਦਾ ਧਿਆਨ ਗੁਰੂ ਵੱਲ ਨਾ ਤੁਰਿਆ ਹੋਏ, ਇਹ ਹੋ ਸਕਦਾ। ਗੁਰੂ ਨਾਨਕ ਸਾਹਿਬ ਨੇ ਆਪਣੀ ਤਰਜ਼ੇ ਜ਼ਿੰਦਗੀ ਦੇ ਵਿੱਚ ਜਦੋਂ ਮਹਾਰਾਜ ਤੁਰੇ ਨੇ ਉਦਾਸੀਆਂ 'ਤੇ, ਉਹਨਾਂ ਇੱਕ ਹੀ ਗੱਲ ਕਹੀ ਸੀ, ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ ਹੈ, ਇਹ ਸਭ ਵੰਡੀਆਂ ਲੋਕਾਂ ਨੇ ਆਪਣੇ ਆਪ ਹੀ ਪਾਈਆਂ ਨੇ, ਚੇਤਨਾ ਦਾ ਕੋਈ ਧਰਮ ਨਹੀਂ ਹੈ। ਜੇ ਚੇਤਨਾ ਦੇ ਤੌਰ 'ਤੇ ਵੇਖੀਏ ਫਿਰ ਕੋਈ ਧਰਮ ਨਹੀਂ, ਸਰੀਰ ਦੇ ਧਰ ਤਲ 'ਤੇ ਵੇਖੀਏ ਫਿਰ ਨਾਮ ਵੀ ਹੈ, ਫਿਰ ਜਾਤ ਵੀ ਹੈ, ਫਿਰ ਧਰਮ ਵੀ ਹੈ, ਫਿਰ ਗੋਤ ਵੀ ਹੈ, ਬੜਾ ਕੁਛ ਹੈ। ਮਹਾਰਾਜ ਮਸਜਿਦ ਵਿੱਚ ਗਏ, ਕਹਿੰਦੇ ਚਲੋ ਤੁਸੀਂ ਮਸਜਿਦ, ਜੇ ਮੁਸਲਮਾਨ ਵੀ ਕੋਈ ਨਹੀਂ ਹੈ, ਚਲੋ ਸਾਡੇ ਨਾਲ ਨਮਾਜ਼ ਪੜ੍ਹੋ। ਗੁਰੂ ਜੀ ਕਹਿੰਦੇ ਪੜ੍ਹ ਦੇਵਾਂਗੇ, ਨਮਾਜ਼ ਵਿੱਚ ਕੀ ਮਾੜਾ ਲਿਖਿਆ ਹੈ, ਰੱਬ ਦੀ ਉਸਤਤ ਲਿਖੀ ਹੋਏਗੀ ਤਾਂ ਪੜ੍ਹ ਦੇਵਾਂਗੇ। ਮਾੜੀ ਗੱਲ ਪੜ੍ਹਨ ਦਾ ਨੁਕਸਾਨ ਹੈ, ਚੰਗੀ ਦਾ ਕੀ ਨੁਕਸਾਨ ਹੈ? ਚੰਗਾ ਗੁਣ ਤਾਂ ਗੁਰੂ ਸਾਹਿਬ ਨੇ ਇੰਨੀ ਖੁੱਲ੍ਹ ਦਿੱਤੀ ਹੈ, ਕਹਿੰਦੇ ਚੰਗਾ ਗੁਣ ਤਾਂ ਤੈਨੂੰ ਗੁਰਦੁਆਰੇ ਵਿੱਚੋਂ ਮਿਲ, ਉੱਥੋਂ ਲੈ, ਮੰਦਰ ਵਿੱਚੋਂ ਮਿਲਦਾ ਉੱਥੋਂ ਲੈ ਲੈ, ਜੇ ਕਿਤੇ ਮਸਜਿਦ ਵਿੱਚੋਂ ਮਿਲਣਾ ਉੱਥੋਂ ਲੈ ਲੈ, ਚੰਗੇ ਗੁਣ ਦਾ ਕੀ ਹੈ? ਚੰਗਾ ਗੁਣ ਜੇ ਕਿਤੇ ਸ਼ੈਤਾਨ ਦੇ ਵਿੱਚੋਂ ਵੀ ਮਿਲ ਪਏ, ਉਹਦੇ ਵਿੱਚੋਂ ਵੀ ਲੈ ਲੈਣਾ ਚਾਹੀਦਾ। ਪਰ ਗੁਣ ਲੈਣ ਦੀ ਭਾਵਨਾ
ਕਿਸੇ ਕਿਸੇ ਦੀ ਹੁੰਦੀ ਹੈ, ਕਿਉਂਕਿ ਗੁਣ ਲੈਣ ਵਾਸਤੇ ਵੀ ਅੰਦਰ ਗੁਣ ਪੈਦਾ ਕਰਨੇ ਹੁੰਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਬਾਣੀ ਦਾ ਫਰਮਾਨ, ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜ ਨਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀਐ। ਅਵਗੁਣ ਛੱਡ ਦੇਣੇ ਚਾਹੀਦੇ ਨੇ, ਅਵਗੁਣ ਛੱਡ ਕੇ ਚੱਲਣਾ ਚਾਹੀਦਾ। ਮਹਾਰਾਜ ਚਲੇ ਗਏ ਮਸਜਿਦ ਵਿੱਚ, ਕਾਜੀ ਬੈਠਾ ਹੈ ਨਾਲ, ਉੱਥੋਂ ਦਾ ਜਿਹੜਾ ਰਾਣਾ ਰਾਜਪੂਤ ਹੋਏਗਾ, ਜੋ ਉੱਥੋਂ ਦਾ ਅਹਿਲਕਾਰ ਹੋਏਗਾ ਉਹ ਵੀ ਨਾਲ ਹੈ। ਪੜ੍ਹਨਾ ਸ਼ੁਰੂ ਕੀਤੀ ਉਹਨਾਂ ਨਿਵਾਜ਼, ਗੁਰੂ ਜੀ ਵੀ ਉਸੇ ਪੋਰਸ਼ਨ ਦੇ ਵਿੱਚ ਬੈਠ ਕੇ ਜਿਵੇਂ ਨਿਵਾਜ਼ ਪੜ੍ਹੀ ਦੀ ਹੈ ਉਸੇ ਮੁਦਰਾ ਵਿੱਚ। ਉਹਨਾਂ ਨਿਵਾਜ਼ ਖਤਮ ਕਰ ਲਈ, ਗੁਰੂ ਜੀ ਉਵੇਂ ਬੈਠੇ ਰਹੇ। ਉਹ ਪੁੱਛਦੇ ਨੇ ਗੁਰੂ ਨਾਨਕ, ਅਸੀਂ ਤਾਂ ਸੋਚਿਆ ਸੀ ਤੂੰ ਰੱਬ ਦਾ ਕਾਮਲ ਫਕੀਰ ਹੈ, ਤੂੰ ਤਾਂ ਧੋਖਾ ਵੀ ਕਰ ਲੈਂਦਾ ਹੈ, ਝੂਠ ਵੀ ਬੋਲ ਲੈਂਦਾ, ਮਰ ਕੇ ਕੀ ਗੱਲ ਹੋਈ, ਇਹ ਤੂੰ ਸਾਡੇ ਨਾਲ ਵਾਅਦਾ ਕੀਤਾ ਸੀ ਮੈਂ ਨਵਾਜ਼ ਅਦਾ ਕਰਾਂਗਾ, ਕੀਤੀ ਤਾਂ ਨਹੀਂ। ਮਹਾਰਾਜ ਫਿਰ ਕਹਿਣ ਲੱਗੇ, ਮੈਂ ਤਾਂ ਨਵਾਜ਼ ਪੜ੍ਹਨ ਦੇ ਲਈ ਤਿਆਰ ਸੀ, ਪਰ ਮੇਰੇ ਨਾਲ ਤੁਹਾਡੇ ਵੱਲੋਂ ਪੜ੍ਹਨ ਵਾਲਾ ਹੀ ਕੋਈ ਨਹੀਂ ਸੀ। ਕਮਾਲ ਹੋ ਗਈ, ਅਸੀਂ ਨਾਲ ਸੀ। ਰਾਜਾ ਕਹਿੰਦਾ ਮੈਂ ਇੱਥੇ ਬੈਠਾ ਸੀ, ਮੈਂ ਨਾਲ ਸੀ, ਮੈਂ ਪੜ੍ਹੀ ਹੈ। ਨਹੀਂ, ਤੇਰਾ ਸਰੀਰ ਤਾਂ ਇੱਥੇ ਸੀ, ਧਿਆਨ ਇੱਥੇ ਨਹੀਂ ਸੀ। ਫਿਰ ਜਿਹੜੀ ਚੀਜ਼ ਵਿੱਚ ਧਿਆਨ ਰਹਿੰਦਾ ਗਿਆਨ ਉਸੇ ਚੀਜ਼ ਦਾ ਹੁੰਦਾ। ਤੁਸੀਂ ਮੰਦਰ ਵਿੱਚ ਰਹੋਗੇ ਤਾਂ ਹੀ ਤਾਂ ਬਾਣੀ ਦੇ ਵਿੱਚ ਮਹਾਰਾਜ ਨੇ ਜਦੋਂ ਪੰਡਿਤ ਜੀ ਦੇ ਬਾਬਤ ਸ਼ਬਦ ਵਰਤਿਆ, ਮੌਲਵੀ ਦੇ ਬਾਬਤ ਵਰਤਿਆ, ਸਾਡੇ ਗਿਆਨੀਆਂ ਬਾਬਤ ਵਰਤਿਆ, ਇੱਕੋ ਹੀ ਗੱਲ ਮਹਾਰਾਜ ਨੇ ਕਹੀ। ਕਹਿੰਦੇ ਉਹ ਇਹ ਹੋ ਸਕਦਾ ਹੈ ਇੱਕ ਮਨੁੱਖ ਰੱਬ ਦੇ ਸ਼ਬਦ ਗਾਇਨ ਕਰ ਰਿਹਾ ਹੋਏ, ਰੱਬ ਦੇ ਸ਼ਬਦਾਂ ਦੀ ਵਿਆਖਿਆ ਕਰ ਰਿਹਾ ਹੋਏ, ਉਹਦਾ ਧਿਆਨ ਵਿਆਖਿਆ ਵਿੱਚ ਨਾ ਹੋਏ, ਇਹ ਹੋ ਸਕਦਾ। ਉਹਦਾ ਧਿਆਨ ਕਿਸੇ ਹੋਰ ਚੀਜ਼ ਵਿੱਚ ਹੋਏ, ਜੇ ਵਿਆਖਿਆ ਕਰਦਿਆਂ ਧਿਆਨ ਉਸ ਦੇ ਵਿੱਚ ਨਹੀਂ, ਫਿਰ ਯਾਦ ਰੱਖਣਾ ਉਹਦੀ ਵਿਆਖਿਆ ਸਫਲ ਨਹੀਂ ਹੋਈ, ਨਾ ਕਿਸੇ 'ਤੇ ਅਸਰ ਕਰੇਗੀ ਨਾ ਧਿਆਨ ਹੋਏਗਾ। ਮਹਾਰਾਜ ਕਹਿੰਦੇ ਭਾਈ ਤੂੰ ਤਾਂ ਕਾਬਲ ਦੇ ਵਿੱਚ ਘੋੜੇ ਖਰੀਦਣ ਦੇ ਲਈ ਗਿਆ ਹੋਇਆ ਸੀ, ਤੇਰਾ ਧਿਆਨ ਉੱਥੇ ਸੀ, ਸਰੀਰ ਇੱਥੇ ਸੀ, ਤੇਰੀ ਨਵਾਜ਼ ਕੋਈ ਨਹੀਂ ਗਈ ਰੱਬ ਦੇ ਦਰ 'ਤੇ। ਐਵੇਂ ਕਿਤੇ ਚੱਕਰ ਵਿੱਚ ਨਾ ਰਹੀ ਜਾਈ, ਮੈਂ ਰੋਜ਼ ਨਵਾਜ਼ ਪੜ੍ਹਦਾ, ਤੇਰੀ ਨਵਾਜ਼ ਕੋਈ ਨਹੀਂ ਪਹੁੰਚ ਰਹੀ ਰੱਬ ਕੋਲ। ਇਹ ਮਨੁੱਖ ਨੂੰ ਵੇਖ ਲੈਣਾ ਚਾਹੀਦਾ ਆਪਣੀ ਜ਼ਿੰਦਗੀ ਵਿੱਚ, ਕਦੇ ਕਰਮ ਕਰਦਾ ਰਹੇ, ਬਾਣੀ ਕਹਿੰਦੀ ਕਦੇ ਹਾਥੀ ਦਾ ਸਨਾਨ ਹੀ ਨਾ ਬਣ ਜਾਏ। ਕਿਤੇ ਗੁਰਦੁਆਰੇ ਵੀ ਆਉਂਦਾ, ਮੱਥਾ ਟੇਕ ਕੇ ਜਾਂਦਾ, ਇਹ ਵੀ ਵੇਖ ਲੈਣਾ ਚਾਹੀਦਾ ਮੱਥਾ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ। ਕਦੇ ਇਵੇਂ ਤਾਂ ਨਹੀਂ ਗੁਰਦੁਆਰੇ ਖਾਨਾ ਪੂਰਤੀ ਕਰਨ ਆਉਂਦਾ, ਇੱਥੇ ਬੈਠਿਆ ਵੀ ਧਿਆਨ ਕਿਸੇ ਹੋਰ ਵੱਲ ਰਹਿੰਦਾ, ਇਹ ਨਾ ਹੋਵੇ, ਕਿਤੇ ਖਾਨਾ ਪੂਰਤੀ ਤਾਂ ਨਹੀਂ ਹੋ ਰਹੀ। ਮੰਦਰ ਵਿੱਚ ਮਨੁੱਖ ਗਿਆ, ਧਿਆਨ ਆਪਣਾ ਨਾਲ ਹੀ ਲੈ ਗਿਆ। ਕਬੀਰ ਸਾਹਿਬ ਤਾਂ ਹੀ ਤਾਂ ਕਹਿੰਦੇ ਨੇ, ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਈ। ਜੇ ਤੂੰ ਗੁਰੂ ਨੂੰ ਮਿਲਣ ਚੱਲੇ, ਫਿਰ ਕੁਛ ਨਾਲ ਲੈ ਕੇ ਨਾ ਜਾਈ, ਸਾਰੇ ਧਿਆਨ ਛੱਡ ਕੇ ਜਾ। ਹੁਣ ਧਿਆਨ ਕਿਵੇਂ ਛੱਡੇ ਜਾਣਗੇ, ਧਿਆਨ ਤਾਂ ਗਹਿਰੇ ਹੋ ਗਏ ਨੇ ਅੰਦਰ। ਧਿਆਨ ਛੱਡਣਾ ਕਿਹੜਾ ਸੁੱਖ ਹੀ ਹੈ, ਰੱਬ ਦੀ ਸਾਧਨਾ ਕੀ ਹੈ, ਧਿਆਨ ਨੂੰ ਰੱਬ ਵੱਲ ਲਾਉਣਾ। ਭਾਵੇਂ ਦੁਕਾਨ 'ਤੇ ਬੈਠ ਕੇ ਲਾਓ, ਭਾਵੇਂ ਘਰ ਵਿੱਚ ਬੈਠ ਕੇ ਲਾਓ, ਭਾਵੇਂ ਪਹਾੜਾਂ 'ਤੇ ਬੈਠ ਕੇ ਲਾਓ, ਲਾਓ ਕਿਤੇ ਵੀ, ਗੁਰੂ ਤੋਂ ਸਿੱਖਿਆ ਲੈ ਕੇ ਧਿਆਨ ਕਿਤੇ ਵੀ ਬੈਠ ਕੇ ਲਾਓ। ਲਾਉਣਾ ਕਿਹਦੇ ਵੱਲ ਹੈ, ਰੱਬ ਵੱਲ ਲਾਉਣਾ ਬਸ। ਉਹ ਬਿਜ਼ਨਸ 'ਤੇ ਬੈਠਿਆ ਵੀ ਲੱਗ ਸਕਦਾ। ਇਸ ਕਰਕੇ ਜਿਹੜੇ ਭਗਤ ਹੋਏ ਨੇ ਨਾ, ਉਹਨਾਂ ਕੋਈ ਵਿਹਲੇ ਬਹਿ ਕੇ ਕਿਤੇ ਡੇਰਾ ਬਣਾ ਕੇ ਭਗਤੀ ਨਹੀਂ ਕੀਤੀ, ਇਹ ਤਾਂ ਹਿਮਾਲਿਆ ਪਰਬਤ ਵਾਲਾ ਹੀ ਕੰਮ ਹੋ ਗਿਆ। ਫਿਰ ਉਹਨਾਂ ਬੰਦਗੀ ਕਿਵੇਂ ਕੀਤੀ ਹੈ,
ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ ਤੇਰਾ ਚਿੱਤ ਪਰਮਾਤਮਾ ਵੱਲ ਹੋਣਾ ਚਾਹੀਦਾ ਪਰਮਾਤਮਾ ਦੀ ਖੇਡ ਦੁਨੀਆ ਵਿੱਚ ਕਿਸੇ ਵੀ ਕੰਮ ਵਿੱਚ ਅਗਰ ਤੁਹਾਡਾ ਚਿੱਤ ਨਹੀਂ ਹੈ ਉਹ ਕੰਮ ਵਧੇਗਾ ਨਹੀਂ ਉਸ ਕੰਮ ਵਿੱਚ ਨਾ ਤਾਂ ਉਹ ਕੰਮ ਸਾਵਧਾਨੀ ਨਾਲ ਹੋਏਗਾ ਜਿਵੇਂ ਕੋਈ ਡਰਾਈਵਰ ਗੱਡੀ ਚਲਾਉਂਦਾ ਹੈ ਜੇ ਗੱਡੀ ਚਲਾਉਣ 'ਚ ਉਹਦਾ ਚੇਤੀ ਨਹੀਂ ਹੈ ਗੱਡੀ ਜ਼ਿਆਦਾ ਦਿਨ ਨਹੀਂ ਚੱਲੇਗੀ ਇਵੇਂ ਮਨੁੱਖ ਧਰਮ ਦਾ ਪਾਠ ਬੰਦਗੀ ਕਰਦਾ ਹੈ ਚਿੱਤ ਉਹਦੇ ਵਿੱਚ ਨਹੀਂ ਹੈ ਫਿਰ ਯਾਦ ਰੱਖਣਾ ਬੰਦਗੀ ਜ਼ਿਆਦਾ ਦਿਨ ਨਹੀਂ ਚੱਲੇਗੀ ਫਿਰ ਖਾਨਾ ਪੂਰਤੀ ਚੱਲੇਗੀ ਸੇਵਾ ਕਰ ਰਿਹਾ ਹੈ ਚਿੱਤ ਵਿੱਚ ਨਹੀਂ ਹੈ ਫਿਰ ਖਾਨਾ ਪੂਰਤੀ ਹੈ ਸਵਾਲ ਚਿੱਤ ਦਾ ਹੈ ਗੁਰੂ ਜੀ ਇਹ ਕਹਿੰਦੇ ਹਨ ਜ਼ਿੰਦਗੀ ਵਿੱਚ ਜੀ ਤੇ ਮਨੁੱਖ ਰਿਹਾ ਭਾਵੇਂ ਗੁਰਦੁਆਰੇ ਜਾਂਦਾ ਹੈ ਮੰਦਰ ਜਾਂਦਾ ਹੈ ਮਸਜਿਦ ਜਾਂਦਾ ਹੈ ਜੇ ਧਿਆਨ ਉਹਦਾ ਗੁਰੂ ਵੱਲ ਨਹੀਂ ਕਹਿੰਦੇ ਉਹਦੇ ਬੰਧਨ ਪੈਣੇ ਹੀ ਪੈਣੇ ਨੇ ਉਹਨੂੰ ਕੋਈ ਨਹੀਂ ਛਡਾਉਣ ਵਾਲਾ ਪਹਿਲੀ ਗੱਲ ਤਾਂ ਪਏ ਹੀ ਹੋਏ ਨੇ ਤਾਂ ਹੀ ਤਾਂ ਧਿਆਨ ਨਹੀਂ ਰਹਿੰਦਾ ਉਹਨੂੰ ਧਿਆਨ ਕਿਉਂ ਨਹੀਂ ਰਹਿ ਰਿਹਾ ਕਿਉਂਕਿ ਉਹਦਾ ਧਿਆਨ ਹਜੇ ਪੱਕਿਆ ਹੀ ਨਹੀਂ ਹੈ ਗੁਰੂ ਵੱਲ ਧਿਆਨ ਹੀ ਨਹੀਂ ਫਿਰ ਇਹ ਜਿਹੜਾ 5-7 ਮਿੰਟ ਅਸੀਂ ਆਉਂਦੇ ਹਾਂ 20 ਮਿੰਟ ਆਉਂਦੇ ਹਾਂ ਇਹ ਇੰਨਾ ਕੁ ਕੰਮ ਕਰ ਦਿੰਦਾ ਹੈ ਕੋਈ ਮਾੜਾ ਮੋਟਾ ਕਰਮ ਸਿੱਧਾ ਕਰਦਾ ਹੋਰ ਕੋਈ ਇਹ ਸਾਧਨਾ ਨਹੀਂ ਹੈ ਗੁਰੂ ਨੇ ਇਵੇਂ ਨਹੀਂ ਹਿਦਾਇਤ ਕੀਤੀ ਸੀ ਇਵੇਂ ਆਇਓ ਤੁਸੀਂ ਐਵੇਂ ਕੋਈ ਹਿਦਾਇਤ ਨਹੀਂ ਹੈ ਸਤਿਗੁਰੂ ਮਹਾਰਾਜ ਦੀ ਕੀ ਹਿਦਾਇਤ ਹੈ ਉਹਨਾਂ ਕਿਹਾ ਸੀ ਹਰ ਨਾਮ ਮੇਕੇ ਹੋ ਵੋਹ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਉਹਨਾਂ ਦਾ ਤਾਂ ਹੁਕਮ ਇਹ ਹੈ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਇਹ ਹੈ ਉਹਨਾਂ ਦਾ ਹੁਕਮ ਸਤ ਸੰਗਤ ਵਿੱਚ ਬੈਠਣਾ ਇਹ ਹੁਕਮ ਹੈ ਇਹ ਨਹੀਂ ਸੀ ਉਹਨਾਂ ਹੁਕਮ ਕੀਤਾ ਜਿਹੜਾ ਅੱਜ ਫੈਸ਼ਨ ਦਾ ਦੌਰ ਚੱਲ ਰਿਹਾ ਇਹ ਹੁਕਮ ਨਹੀਂ ਸੀ ਕੀਤਾ ਉਹਨਾਂ ਨੇ ਉਹਨਾਂ ਦਾ ਹੁਕਮ ਸੀ ਸਤ ਸੰਗਤ ਵਿੱਚ ਬੈਠਣਾ ਅਤੇ ਬੈਠ ਕੇ ਗੁਰੂ ਦੀ ਗੱਲ ਸੁਣ ਕੇ ਜ਼ਿੰਦਗੀ ਸੁਧਾਰਨਾ ਇਹ ਗੁਰੂ ਦਾ ਹੁਕਮ ਸੀ ਫਿਰ ਬੜੇ ਲੋਕ ਐਸੇ ਨੇ ਜਿਹੜੇ ਕਹਿੰਦੇ ਲਓ ਜੀ ਸਾਨੂੰ ਤਾਂ ਲਗਾਤਾਰ ਹੀ ਗੁਰਦੁਆਰੇ ਜਾਂਦੇ ਹੋ ਗਏ ਹੈ ਬਦਲਿਆ ਤਾਂ ਕੁਛ ਹੈ ਨਹੀਂ ਬਦਲਣਾ ਕੀ ਹੈ ਬਦਲਣ ਵਾਲੇ ਕੰਮ 'ਤੇ ਨਹੀਂ ਤੁਰੇ 20 ਸਾਲ ਤੋਂ ਆ ਰਹੇ ਹਾਂ ਕ੍ਰੋਧ ਪਹਿਲਾਂ ਵੀ ਸੀ ਅੱਜ ਵੀ ਹੈ ਬਦਲਿਆ ਕੀ ਹੈ ਕੁਛ ਵੀ ਨਹੀਂ ਸਰੀਰ ਜ਼ਰੂਰ ਬਦਲ ਗਿਆ ਉਹਨੂੰ ਬਦਲਣ ਦੀ ਲੋੜ ਹੀ ਨਹੀਂ ਆਪਣੇ ਆਪ ਹੀ ਬਦਲ ਰਿਹਾ ਕਿਸੇ ਸਰੀਰ ਬਦਲਣ ਦੀ ਲੋੜ ਹੈ ਨਹੀਂ ਬਦਲਣ ਦੀ ਲੋੜ ਆਪਣੇ ਆਪ ਬਦਲਦਾ ਪਿਆ ਮਨ ਬਦਲਣ ਦੀ ਲੋੜ ਹੈ 5 ਸਾਲ ਪਹਿਲਾਂ ਵੀ ਉਹਦਾ ਰਿਪੋਰਟ ਕਾਰਡ ਮਾੜਾ ਸੀ ਅੱਜ ਵੀ ਮਾੜਾ ਹੈ 10 ਸਾਲ ਪਹਿਲਾਂ ਵੀ ਮਾਂ ਕ੍ਰੋਧੀ ਸੀ ਲੋਭੀ ਸੀ ਅੱਜ ਵੀ ਲੋਭੀ ਹੈ ਫਿਰ ਬਦਲਿਆ ਕੀ ਹੈ ਕੁਛ ਵੀ ਨਹੀਂ ਇਹ ਤਾਂ ਤੁੰਬੜੇ ਦਾ ਇਸ਼ਨਾਨ ਹੈ ਬਾਹਰੋਂ ਧੋਤੀ ਤੁੰਬੜੀ ਅੰਦਰ ਵਿਸਨ ਕੋਲ ਅਤੇ ਬਾਹਰਲਾ ਇਸ਼ਨਾਨ ਹੈ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਉਹ ਫਿਰ ਕਹਿੰਦਾ ਕਾਜੀ ਮੇਰੇ ਨਾਲ ਕਰ ਲੈਣੀ ਸੀ ਕਹਿੰਦਾ ਕਾਜੀ ਤੇਰਾ ਵੀ ਧਿਆਨ ਇੱਥੇ ਨਹੀਂ ਸੀ ਤੂੰ ਵੀ ਨਾਮ ਦਾ ਹੀ ਕਾਜੀ ਹੈ ਨਾਮ ਦੀ ਤਸਵੀਂ ਫੜਦਿਆਂ ਧਿਆਨ ਤੇਰਾ ਵੀ ਇੱਥੇ ਨਹੀਂ ਸੀ ਫਿਰ ਮੇਰਾ ਧਿਆਨ ਕਿੱਥੇ ਸੀ ਕਹਿੰਦੇ ਤੇਰਾ ਧਿਆਨ ਹੈ ਨਾ ਜਿਹੜਾ ਉਹ ਤਾਂ ਘਰ ਵਛੇਰੀ ਵਿੱਚ ਗਿਆ ਹੋਇਆ ਸੀ ਹੋੜੀ ਤੇਰੀ ਸੂਈ ਹੈ ਬੱਚਾ ਉਹਨੇ ਦਿੱਤਾ ਕੋਲ ਖੱਡਾ ਸੀ ਤੇਰਾ ਧਿਆਨ ਸੀ ਕਿਤੇ ਬੱਚਾ ਉਹਦੇ ਵਿੱਚ ਨਾ ਡਿੱਗ ਜਾਏ ਇੱਥੇ ਸੀ ਤੇਰਾ ਧਿਆਨ ਫਿਰ ਜਿਹੜਾ ਤੇਰਾ ਧਿਆਨ ਹੀ ਉੱਥੇ ਨਹੀਂ ਹੈ ਫਿਰ ਤੇਰੀ ਨਮਾਜ਼ ਕਿੱਥੇ ਨਮਾਜ਼ ਫਿਰ ਜਿਹੜੀ ਚੀਜ਼ ਵੱਲ ਧਿਆਨ ਹੀ ਨਹੀਂ ਹੈ ਉਹਦਾ ਗਿਆਨ ਹੋ ਹੀ ਨਹੀਂ ਸਕਦਾ ਬਸ ਯਾਦ ਰੱਖਣਾ ਤਾਂ ਹੀ ਕਰਕੇ ਰੱਬ ਦੇ ਦਰ 'ਤੇ ਆਏ ਹਾਂ ਰੱਬ ਦੇ ਦਰ ਵੱਲ ਤਾਂ ਧਿਆਨ ਨਹੀਂ ਹੈ ਧਿਆਨ ਆਪਣੀ ਮੰਗ ਵੱਲ ਹੀ ਰਿਹਾ ਧਿਆਨ ਆਪਣੇ ਕੰਮਾਂ ਵੱਲ ਹੀ ਰਿਹਾ ਰੱਬ ਦਾ ਗਿਆਨ ਕੋਈ ਨਹੀਂ ਆਉਣਾ ਕੰਮਾਂ ਦਾ ਗਿਆਨ ਤਾਂ ਆ ਗਿਆ ਹੈ ਰੋਟੀ ਖਾਣ ਦਾ ਗਿਆਨ ਆ ਗਿਆ ਪੈਸਾ ਕਮਾਉਣ ਦਾ ਗਿਆਨ ਆ ਗਿਆ ਚਲਾਕੀ ਦਾ ਗਿਆਨ ਆ ਗਿਆ ਰੱਬ ਦਾ ਗਿਆਨ ਕੋਈ ਨਹੀਂ ਆਇਆ ਰੱਬ ਕੌਣ ਹੈ ਕਿੱਥੇ ਰਹਿੰਦਾ ਕੋਈ ਪਤਾ ਨਹੀਂ ਕਿਸੇ ਨੂੰ ਉੱਤੋਂ ਉੱਤੋਂ ਸਾਰੇ ਕਹੀ ਜਾਂਦੇ ਰੱਬ 'ਤੇ ਮੈਨੂੰ ਬੜਾ ਵਿਸ਼ਵਾਸ ਹੈ ਇਹ ਪਤਾ ਹੀ ਨਹੀਂ ਰੱਬ ਕੌਣ ਹੈ ਫਿਰ ਵਿਸ਼ਵਾਸ ਕਰਦਾ ਹੈ ਕੋਈ ਵਿਸ਼ਵਾਸ ਨਹੀਂ ਕੋਈ ਮੰਦਰ 'ਚ ਬੈਠਾ ਕਹਿੰਦਾ ਮੇਰੇ ਤੋਂ ਵੱਡਾ ਵਿਸ਼ਵਾਸ ਕਿਸੇ ਨੂੰ ਨਹੀਂ ਗਿਰਜਾ ਘਰ ਵਾਲਾ ਕਹਿੰਦਾ ਸਾਰਾ ਕੁਛ ਮੈਨੂੰ ਹੀ ਪਤਾ ਹੈ ਇੱਥੇ ਗਿਆਨੀ ਕਹਿ ਰਹੇ ਨੇ ਸਭ ਕੁਛ ਸਾਨੂੰ ਹੀ ਪਤਾ ਗਿਆਨ ਹੈ ਹੀ ਕਿਸੇ ਨੂੰ ਨਹੀਂ
असल विच रब बारे किसी नूं भी नहीं पता, क्योंकि जिन्हों परमात्मा बारे पता लग गया उहदी निशानी की है, वह परमात्मा वर्गा ही हो जाता है। यह निशानी है उहदी। जिन्हों परमात्मा का ज्ञान हो गया वह परमात्मा वर्गा ही होंदा है, फिर परमात्मा तो अलग नहीं होंदा। सतगुरु जी महाराज हुण कहिंदे ने ये दो नुकत्यां ते गल, गुरु जी इस श्लोक विच कहिंदे ने, पहला नुकता इस दुनिया ते असीं आए हाँ ध्यान करके जो जो भी कर रहे हैं, भावें गुरुद्वारे बैठ के करिए भावें बाहर बैठ के करिए, ध्यान करके जो भी कर रहे हैं उहदी सज़ा जरूर मिलेगी। जो भी कर रहे हैं, सेवा कर रहे हैं, कुछ भी करिए, ध्यान करके जो भी करांगे उहदी सज़ा जरूर मिलनी है, जरूर। ये गल याद रखना। हुण मैं आप जी के सामने नाल पंक्ति रखा, नाल पता लग जाएगा, क्योंकि कितने जिंदगी में अवेसले ना होके तुरते रहिए। ये गल याद रखियो, जिंदगी में कितने अवेसलापन ना चलता रहे, एवें ना ना होए कितने गुरुद्वारे असीं माड़े मोटे इट्टां ढो लैंदे आ, ये तो कितने एवें लग जाए जिंदगी पार उतार हो जाएगा, एवें नहीं है। सेवावां कर रहे हैं, दान कर दिता है तो दान करके निश्चिंत हो गए, लो जी असीं पार हो जाना, ऐसा नहीं है। हुण महाराज जी की बाणी का फरमान जिहड़ा नुकता कहिंदे ने, नानक जी उपाय कै लिख नावै धर्म बहालिया, उत्थै सच्चे ही सच निबड़ै चुण वख कढे जजमालिया। ये रब दे दर दी गल, ये जिहड़ा दुनिया का हुक्म है जिहदे विच असीं जीव रहे हां शरीर करके, कहिंदे परमात्मा ने जीव उपाए ने, जीव उपा के एक धर्म ये अंदर ही बना दिता, ये अंदर ही एक चित्र गुप्त है जो ये अंदर ही है, वो चित्र जिहड़ा गुप्त है, हरेक मनुख का चित्र गुप्त है, वेखदा नहीं है। जो कुछ मनुख बाहरों वेख रहा है वो ये नहीं है, जो कुछ ये है वो वेख नहीं रहा है, जो कुछ तुसी वेख रहे हो वह नहीं हो, जो मनुख है वह वेखदा ही नहीं है। ताही कहिंदे चित्र गुप्त, इसका जिहड़ा चित्र है वह गुप्त है, इहदे अंदर है एक चित्र। यह जिहड़ा चित्र है सानू कदों पता लगता है, कहिंदे ये चित्र परमात्मा की दरगाह विच परमात्मा ही खोल लैंदा, उहदे हिसाब नाल ही नबेड़ा हुंदा है। कोई अड्ड तो कोई चित्र गुप्त नहीं लिखिया कलमा फड़ के, कि जिहड़ा बैठा तो लिखी जाता, ऐसा नहीं है। वो चित्र जिहड़ा गुप्त है, जिहड़ा लिखदा पिया है, और कित्थे लिखदा है, मनुख दे अंदर ही बैठा है, इहदे अंदर ही वो संस्कार बनी जाणगे, माड़े संस्कार इहदे अंदर ही बनी जाणगे। मैं कई वारी इहदे वास्ते उदाहरण देना, जिवें फोन हुंदा ना मोबाइल फोन, इहदे अंदर एक चिप हुंदी है, जिवें कैमरा खिंचीदा ना कैमरा, पहला रील हुंदी सी कैमरे विच, जिन्नियां फोटोआं कैमरा खिंचदा सी उह रील विच आ जांदियां सन, फिर वो जिहड़ी रील है ना उहदे हिसाब नाल एल्बम बनदी सी रील दे हिसाब नाल। मनुख दे अंदर बाहरों जो मर्जी करे, जो भी एक कर्म करदा इहदे अंदर रील बन जांदी है, बस वो रील दे अनुसार इहदी सज़ा है, रील दे अनुसार। वो रील रंगीन है थोड़ी जी, किसी की ब्लैक एंड वाइट है, किसी की ख़त्म ही हो गई है। वो जिहड़ी रील है उहदे अनुसार एल्बम रोज़ रोज़ बन रही है, जो असीं वेखदे हां अखां थाणी संस्कार बन जांदा है, जो कन्नां थाणी सुणदे हां संस्कार बन जांदा, रोज़ रोज़ रील बनी जांदी है। फिर ये रील जीव आत्मा दे नाल ही रहिंदी है, इहदे अनुसार ही फिर गुरु जी कहिंदे अगला जन्म मिलदा है, क्यों, सच्चे ही सच निबड़ा, उहदी दरगाह विच सच दा नबेड़ा है, सच दा दरगाह की मनुख दे अंदर ही परमात्मा है, उहदा नबेड़ा नालों नाल जैसी रील होएगी उहो जिहा जन्म इहनूं मिल जाएगा, ये मिलना ही मिलना पक्की गल है। उत्थे सच्चे ही सच निबड़ा चुण वख कढे जजमालिया, कहिंदे हन दोषियां नूं चुण चुण के बाहर कढ लिया जांदा, ये भी दोषी है। तो बाणी ने तो यह भी लिखिया मनुख दे उत्ते दोष किहड़ा लगदा, ये भी लिखिया महाराज ने।
ਕਿਹੜਾ ਦੋਸ਼ ਲੱਗਦਾ ਹੈ? ਬਾਣੀ ਕਹਿੰਦੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ਤ ਰੇ। ਮਨੁੱਖ 'ਤੇ ਦੋਸ਼ ਕਿਹੜਾ ਲੱਗਦਾ ਹੈ? ਨਾ ਨਾਮ ਜਪਣ ਦਾ, ਪਰਮਾਤਮਾ ਦੇ ਹੁਕਮ ਵਿੱਚ ਨਾ ਤੁਰਨ ਦਾ ਦੋਸ਼ ਲੱਗੇਗਾ ਇੱਥੇ। ਪਰਮਾਤਮਾ ਦੀ ਕੀਤੀ 'ਤੇ ਜਿਹੜਾ ਵਿਲਾਪ ਕਰਦਾ ਹੈ ਉੱਤੇ ਦੋਸ਼ ਲੱਗ ਜਾਂਦਾ, ਕਾਹਦਾ? ਇਹਨੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਇਹ ਪਰਮਾਤਮਾ ਦੇ ਹੁਕਮ ਵਿੱਚ ਨਹੀਂ ਤੀਰਿਆ। ਪਰਮਾਤਮਾ ਕੀ ਕਰਦਾ? ਇਹਨੂੰ ਕੀੜਿਆਂ ਦੇ ਵਿੱਚ ਵੀ ਛੋਟਾ ਕੀੜਾ ਬਣਾ ਦਿੰਦਾ ਹੈ, ਕਹਿੰਦੇ ਲੈ ਤੁਰਿਆ ਰਹਿ ਹੁਣ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ਤ ਰੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਐਸਾ ਨਾ ਹੋਏ ਕਿਤੇ ਤੇਰੇ ਕਰਮਾਂ ਦੇ ਕਰਕੇ ਜੋ ਤੂੰ ਰੋਜ਼ ਰੋਜ਼ ਕਮਾ ਰਹੇ ਹੈ, ਕਿਉਂਕਿ ਧਿਆਨ 'ਤੇ ਨਹੀਂ ਹੈ। ਪਰ ਮੈਂ ਇੱਕ ਹੋਰ ਬੇਨਤੀ ਕਰਾਂ, ਤੁਸੀਂ ਹੈਰਾਨ ਹੋ ਜਾਓਗੇ ਇਸ ਗੱਲ ਨੂੰ ਸੁਣ ਕੇ। ਚੋਰ ਜਿੰਨੀ ਚੋਰੀ ਧਿਆਨ ਨਾਲ ਕਰਦਾ ਹੈ, ਇੰਨੇ ਧਿਆਨ ਨਾਲ ਮਨੁੱਖ ਪਾਠ ਨਹੀਂ ਕਰਦਾ, ਇੰਨੇ ਧਿਆਨ ਨਾਲ ਉਹ ਗੁਰੂ ਦੇ ਸਨਮ ਗੁਰੂ ਦੀ ਬਾਣੀ ਨਹੀਂ ਸੁਣਦਾ। ਚੋਰ ਨੂੰ ਧਿਆਨ ਕਿਉਂ ਹੈ? ਚੋਰ ਚੋਰੀ ਧਿਆਨ ਨਾਲ ਕਿਉਂ ਕਰਦਾ ਹੈ? ਕਿਉਂਕਿ ਚੋਰ ਨੂੰ ਡਰ ਹੈ, ਮੇਰੀ ਇੱਕ ਆਵਾਜ਼ ਮੈਨੂੰ ਪਕੜਵਾ ਸਕਦੀ ਹੈ, ਡਰ ਹੈ ਚੋਰ ਨੂੰ। ਫਿਰ ਮੈਂ ਮਾਫ਼ੀ ਮੰਗ ਕੇ ਬੇਨਤੀ ਕਰਦੇ ਹਾਂ, ਮੈਨੂੰ ਗੁਰਬਾਣੀ ਪੜ੍ਹਦਾ, ਡਰ ਕੋਈ ਨਹੀਂ ਹੈ, ਇਹਦਾ ਡਰ ਹੈ। 5 ਮਿੰਟਾਂ 'ਚ ਪੜ੍ਹਨੀ ਹੈ, ਵਿੱਚੇ ਗੁਟਕਾ ਸਾਹਿਬ ਬੰਦ ਕਰਨਾ, ਚੱਲ ਪਰ ਡਰ ਕੋਈ ਹੈ ਨਹੀਂ। ਬਾਣੀ ਕਹਿੰਦੀ ਜਿਨ੍ਹਾਂ ਨੂੰ ਡਰ ਹੀ ਨਹੀਂ ਹੈ ਉਹਨਾਂ ਅੰਦਰ ਰੱਬ ਦਾ ਪ੍ਰੇਮ ਵੀ ਨਹੀਂ ਹੈ। ਇਹ ਵੀ ਮਹਾਰਾਜ ਨੇ ਆਸਾ ਦੀ ਵਾਰ 'ਚ ਕਹਿੰਦੇ, ਨਾਨਕ ਜਿਨ ਮਨ ਭਾਉ ਤਿੰਨਾਂ ਮਨ ਭਾਉ। ਜਿਨ੍ਹਾਂ ਦੇ ਅੰਦਰ ਡਰ ਹੈ ਉਹਨਾਂ ਦੇ ਅੰਦਰ ਹੀ ਪ੍ਰੇਮ ਹੈ, ਨਹੀਂ ਪ੍ਰੇਮ ਵੀ ਨਹੀਂ ਹੈ। ਚੋਰ ਨੂੰ ਪੂਰਾ ਡਰ ਹੈ, ਪੂਰੀ ਸਾਵਧਾਨੀ ਹੈ, ਕਿਉਂ ਕਿਤੇ ਪਕੜਿਆ ਨਾ ਜਾਵਾਂ, ਚੋਰੀ ਵੀ ਕਰਨੀ ਹੈ, ਮਾਲ ਵੀ ਲੁੱਟਣਾ ਹੈ। ਔਰ ਮੈਂ ਫਿਰ ਬੇਨਤੀ ਕਰਦੇ ਹਾਂ, ਜ਼ਿੰਦਗੀ ਵਿੱਚ ਕਿਸੇ ਵੀ ਕੰਮ ਵਿੱਚ ਅੱਗੇ ਪਹੁੰਚਣਾ ਹੈ ਤਾਂ ਧਿਆਨ ਨਾਲ ਕਰਨਾ ਪਏਗਾ। ਬੇਧਿਆਨੀ ਨਾਲ ਜਿਹੜਾ ਵੀ ਕੰਮ ਹੋਏਗਾ ਉਹ ਸਿਰੇ ਨਹੀਂ ਚੜੇਗਾ। ਫਿਰ ਬੇਧਿਆਨੀ ਦੇ ਨਾਲ ਪਾਠ ਕੀਤਾ ਸਿਰੇ ਚੜ੍ਹ ਜਾਏਗਾ? ਨਹੀਂ ਚੜ੍ਹਦਾ। ਬੇਧਿਆਨੀ ਦੇ ਨਾਲ ਮਨੁੱਖ ਬੈਠਾ, ਬੇਧਿਆਨੀ 'ਚ ਬੈਠਾ ਹੈ, ਮੰਦਰ ਮਸਜਿਦ ਜਾਂਦਾ, ਬੇਧਿਆਨੀ ਵਿੱਚ ਜਾਂਦਾ, ਕੋਈ ਧਿਆਨ ਨਹੀਂ ਉਹਦਾ, ਨਾ ਗੁਰਬਾਣੀ ਵਿੱਚ ਧਿਆਨ, ਨਾ ਕਥਾ ਵਿੱਚ ਧਿਆਨ, ਨਾ ਕੀਰਤਨ ਵਿੱਚ ਧਿਆਨ। ਫਿਰ ਉਹਦਾ ਕੀ ਭਲਾ ਹੋਣਾ? ਕੋਈ ਭਲਾ ਨਹੀਂ ਹੋਣਾ, ਕਿਉਂਕਿ ਬੇਧਿਆਨੀ ਹੈ। ਚੋਰ ਨੂੰ ਧਿਆਨ ਤਾਂ ਹੈ ਕਿਉਂਕਿ ਚੋਰ ਨੂੰ ਡਰ ਹੈ। ਇਸ ਕਰਕੇ ਸਿਮਰਨ 'ਤੇ ਬੈਠੇ ਮਨੁੱਖ ਨੂੰ ਜਿੱਦਣ ਡਰ ਪੈ ਗਿਆ, ਮੈਂ ਦੁਨੀਆ ਤੋਂ ਚਲੇ ਜਾਣਾ ਅਤੇ ਮੇਰੇ ਕਰਮਾਂ ਦਾ ਨਿਬੇੜਾ ਮੈਨੂੰ ਦੇਣਾ ਪੈਣਾ, ਉਸ ਦਿਨ ਹੀ ਧਿਆਨ ਜੁੜ ਜਾਏਗਾ। ਮਨੁੱਖ ਨੂੰ ਪਰਮਾਤਮਾ ਦੇ ਮਾਰਗ 'ਤੇ ਤੋਰਦਾ ਹੈ ਮੌਤ ਦਾ ਗਿਆਨ। ਜਦੋਂ ਤੱਕ ਮਨੁੱਖ ਨੂੰ ਡਰ ਨਹੀਂ ਪਏਗਾ ਇਹ ਨਹੀਂ ਤੁਰੇਗਾ। ਬਾਣੀ ਕਹਿੰਦੀ ਨਿਬੇੜਾ ਸੱਚ ਦਾ ਹੋਣਾ, ਜੋ ਕੁਛ ਤੂੰ ਕਮਾਇਆ ਉਹਦਾ ਨਿਬੇੜਾ ਹੋਣਾ ਹੀ ਹੋਣਾ ਹੈ। ਥਾਂ ਨਾ ਪਾਇਨ ਕੂੜਿਆਰ, ਮੂੰਹ ਕੱਲ ਹੈ ਦੋ ਜਗ ਚਾਲਿਆ। ਇਹ ਜਿਹੜੇ ਝੂਠੇ ਮਨੁੱਖ ਨੇ ਉਹਨਾਂ ਨੂੰ ਕੋਈ ਥਾਂ ਨਹੀਂ ਮਿਲਦੀ, ਉਹ ਪਰਮਾਤਮਾ ਦੇ ਵਿੱਚ ਨਹੀਂ ਸਮਾਉਂਦੇ ਇਹ ਦੁਨੀਆ 'ਚ ਹੀ। ਮੈਂ ਇੱਕ ਹੋਰ ਬੇਨਤੀ ਕਰਾਂ, ਜਿਨ੍ਹਾਂ ਨੂੰ ਪਰਮਾਤਮਾ ਦੇ ਦਰ 'ਤੇ ਥਾਂ ਮਿਲਣੀ ਹੈ ਉਹ ਜਿਉਂਦੇ ਹੀ ਮਿਲ ਜਾਣੀ ਹੈ। ਗੁਰਬਾਣੀ ਮਰਨ ਤੋਂ ਪਿੱਛੇ ਮੁਕਤੀ ਦੀ ਗੱਲ ਹੀ ਨਹੀਂ ਕਰਦੀ। ਮਰਨ ਪਿੱਛੋਂ ਮੁਕਤੀ ਕਿਉਂ? ਸਰੀਰ ਮਿਲਿਆ ਮੁਕਤ ਹੋਣ ਵਾਸਤੇ, ਅਤੇ ਮੁਕਤ ਕਿੱਥੋਂ ਹੋਣਾ ਹੈ? ਆਪਣੀ ਬੰਧਨਾਂ ਤੋਂ, ਕੌਮਾਂ ਦੇ ਬੰਧਨ, ਮੋਹ ਦੇ ਬੰਧਨ, ਲੋਭ ਦੇ ਬੰਧਨ, ਅਹੰਕਾਰ ਦੇ ਬੰਧਨ, ਇਹਨਾਂ ਤੋਂ ਮੁਕਤ ਹੋਣਾ। ਇਸ ਕਰਕੇ ਮੁਕਤੀ ਮਿਲਣੀ ਹੈ, ਜਿਉਂਦੇ ਜੀ ਮਿਲਣੀ ਹੈ, ਮਰਨ ਪਿੱਛੋਂ ਕੋਈ ਮੁਕਤੀ ਨਹੀਂ ਹੈ। ਇਸ ਕਰਕੇ ਪਰਮਾਤਮਾ ਦੇ ਦਰ 'ਤੇ ਜਿਹੜਾ ਪ੍ਰਵਾਨ ਹੋਇਆ ਉਹ ਜਿਉਂਦਿਆਂ ਹੀ ਹੋ ਗਿਆ, ਮਰੇ ਪਿੱਛੋਂ ਕੋਈ ਪ੍ਰਵਾਨ ਨਹੀਂ ਹੋਇਆ। ਲੋਕ ਅਕਸਰ ਕਹਿ ਦਿੰਦੇ ਨੇ ਫਲਾਣਾ ਸਿੰਘ ਪੂਰਾ ਹੋ ਗਿਆ। ਕਿਵੇਂ ਪੂਰਾ ਹੋ ਗਿਆ? ਸਾਰੀ ਜ਼ਿੰਦਗੀ ਕਦੇ ਰੱਬ ਦੀ ਬਾਣੀ ਨਹੀਂ ਪੜ੍ਹੀ, ਕਦੇ ਧਿਆਨ ਕੀਤਾ ਨਹੀਂ, ਪੂਰਾ ਨਹੀਂ ਹੋਇਆ, ਅਧੂਰਾ ਹੀ ਰਹਿ ਗਿਆ। ਦੁਬਾਰਾ ਫਿਰ ਆ ਜਾਏਗਾ ਦੁਨੀਆ 'ਤੇ ਅਧੂਰਾ। ਜਿਹੜਾ ਪੂਰਾ ਹੋਇਆ ਉਹ ਜਿਉਂਦਿਆਂ ਹੀ ਪੂਰਾ ਹੋ ਗਿਆ, ਮਰੇ ਪਿੱਛੋਂ ਕੋਈ ਪੂਰਾ ਨਹੀਂ ਹੁੰਦਾ। ਇਸ ਕਰਕੇ ਮਰੇ ਪਿੱਛੋਂ ਕੋਈ ਸਵਰਗ ਦਾ ਵਾਸੀ ਨਹੀਂ ਬਣਦਾ, ਜਿਹੜਾ ਸਵਰਗ ਦਾ ਵਾਸੀ ਹੈ ਉਹ ਜਿਉਂਦਿਆਂ ਹੀ ਸਵਰਗ 'ਚ ਹੈ, ਜੀਵਤ ਹੀ ਸਵਰਗ ਵਿੱਚ ਹੈ। ਜਿਹਨੇ ਜੀਵਤ ਰਹਿੰਦਿਆਂ ਰਹਿੰਦਿਆਂ ਸਵਰਗ ਨਹੀਂ ਵੇਖਿਆ, ਮਰੇ ਪਿੱਛੋਂ ਤਾਂ ਨਰਕ ਹੀ ਹੈ ਉਹਦੇ ਵਾਸਤੇ, ਸਵਰਗ ਨਹੀਂ ਹੈ। ਬਸ ਇਹ ਗੱਲ ਯਾਦ ਰੱਖਣਾ। ਬਾਣੀ ਕਹਿੰਦੀ ਝੂਠਿਆਂ ਨੂੰ ਕੋਈ ਥਾਂ ਨਹੀਂ ਹੈ। ਥਾਂ ਨਾ ਪਾਇਨ ਕੂੜਿਆਰ,
मोह कालै दोजक चलिया। अगे महाराज तेरे नाए रते से जिण गए, हार गए से ठगण वालिया। जेड़े परमात्मा दे नाम नाल रच गए, उस दे हुक्म दे विच रच गए, हुक्म दी समझ आ गई, हुक्म विच तुरना शुरू कर दिता, वो परमात्मा दे नाल जुड़ गए ते जिउंदे शरीर दे रहिंदे आई, शरीर दे रहिंदे आई आत्मा जीवित हो सकती है, जीव आत्मा जीवित रह सकती है। मरण पिछों साध संगत ने भुलेखा कढ़ देना, मरण दे पिछों किसी नूं कदे सचखंड नहीं मिलिया। बाणी कहिंदी है, बैणी कह सुनो रे भगतो, मरण मुक्त किन पाई, मरिया पिछों की तैनूं मुक्ति मिलनी है, जिउंदिआं ही मुक्ति है। जीवन मुक्त सो आखी है गुरबाणी, जीवन मुक्त की गल करती है, इत जिउंदे जी मरण की गल करती है। मरना कहने है अंदर की जिहड़ी जीव आत्मा उन्हें मरना है, माड़े पन्नों मर जाना है उन्हें। अंत दे विच महाराज कहिंदे लिख नाव है धर्म बहालिया, कहिंदे परमात्मा ने फिर अपना हुक्म लिख के उस हुक्म दे विच जिहड़ा मनुख गलती करदा है उहदे अनुसार उहनूं सज़ा मिलदी रहिंदी है, रोज़ रोज़ मिल रही है। जिन्नियां भी जिंदगी विच साडी जिंदगी च मुश्किलां आउंदियां ने इह किसे करके नहीं आउंदियां, रब दे हुक्म करके आउंदियां ने। जिहड़े असीं कर्म कीते ने उह कर्म साडे सामणे आउंदे ने, किसी ना किसी रूप में आ रहे ने, वो कर्म साढ़े सामने आते हैं। दोष ना पुत्र का कढ़ो, ना धी का कढ़ो, ना किसी भैन का, ना भरा का, दोष कढ़ना अपना कढ़ो। जो आसा दी वारदी चल रही है लड़ी वार के अगे आप श्रवण करांगे। इनियां बेनतियां प्रवान होई भुल चुक दे लई खिमा करनी जी, सतगुरु जी महाराज कृपा करन, अपने चरणों नाल जोड़न, अपने नाम की दात बख्शन, गुरबाणी गुरसिखी दात बख्शन जी। इनियां बेनतियां प्रवान।